ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਫਿਲਮ ਪੇਸ਼ ਨੇ ਛੋੜ ਮੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵੀਂ ਦਿੱਲੀ ਵਿੱਚ ਇੱਕ ਸਿੱਖ ਵਫਦ ਨੇ ਪਗੜੀ ਬੰਨ੍ਹ ਕੇ ਅਤੇ ਸਿਰੋਪਾਉ ਭੇਟ ਕਰਕੇ ਕੀਤਾ ਸਨਮਾਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਪਲਕੇ ਪੰਜਾਬ ਦੇ ਇੱਕ ਦਿਨਾਂ ਦੌਰੇ ਤੇ ਅੰਮ੍ਰਿਤਸਰ ਤੇ ਜਲੰਧਰ ਆਉਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਹਮਰਿੰਦਰ ਸਿੰਘ ਆਪਣੇ ਨੇੜਲੇ ਸਾਥੀਆਂ ਨਾਲ ਭਾਜਪਾ ਵਿੱਚ ਸ਼ਾਮਲ। ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਰਲੇਵਾ ਭਾਜਪਾ ਵਿੱਚ ਕੀਤਾ। ਕਸਟਮ ਮੈਕਮਨੇ ਸ਼੍ਰੀ ਗੁਰੂ ਰਾਮਦਾਸ ਏਅਰ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਕਰੋੜਾਂ ਪੈਦੇ ਅਮਰੀਕੀ ਡਾਲਰ ਅਤੇ ਹੋਰ ਵਿਦੇਸ਼ੀ ਕਰੰਸੀ ਫੜੀ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ਤੇ ਦਿੱਲੀ ਦੇ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ ਨੇ ਇਕਾਖੰਡ ਪਾਠ ਦਾ ਆਯੋਜਨ ਕੀਤਾ ਜਿਹੜਾ 15 ਸਤੰਬਰ ਨੂੰ ਸ਼ੁਰੂ ਹੋਇਆ ਅਤੇ 17 ਸਤੰਬਰ ਨੂੰ ਖਤਮ ਹੋਇਆ ਇਸ ਇਕਾਖੰਡ ਪਾਠ ਵਿੱਚ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੇ ਹਿੱਸਾ ਲਿਆ ਇਹ ਸ਼ਾਇਦ ਆਪਣੀ ਤਰ੍ਹਾਂ ਦੀ ਇੱਕ ਪਹਿਲੀ ਪਹਿਲ ਸੀ ਜਦੋਂ ਕਿਸੇ ਗੁਰਦੁਆਰੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਲਈ ਅਖੰਡ ਪਾਠ ਦਾ ਆਯੋਜਨ ਕੀਤਾ ਇਸ ਮੌਕੇ ਤੇ ਲੰਗਰ ਵੀ ਲਗਾਇਆ ਗਿਆ ਤੇ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਾਰ ਇੱਕ ਸਿੱਖ ਵਫ਼ਦ ਨੇ ਅਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਗੜੀ ਬੰਨ੍ਹ ਕੇ ਤੇ ਸਿਰੋਪਾਓ ਪੇਟ ਕਰਕੇ ਪ੍ਰਧਾਨ ਮੰਤਰੀ ਦਾ ਸਨਮਾਨ ਕੀਤਾ। ਪ੍ਰਧਾਨ ਮੰਤਰੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਦੁਆ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਵਫ਼ਦ ਨਾਲ ਮਿਲਣ ਤੇ ਖੁਸ਼ੀ ਪ੍ਰਗਟਾਈ ਅਤੇ ਉਹਨਾਂ ਦੀਆਂ ਸ਼ੁਭਕਾਮਨਾਵਾਂ ਲਈ ਵਫ਼ਦ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਹਰ ਇੱਕ ਨਾਲ ਹੀ ਉਹਨਾਂ ਦੀ ਭਲਾਈ ਲਈ ਦੁਆ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਸਿੱਖ ਪਾਈਚਾਰੇ ਦਾ ਹਿੱਸਾ ਮਹਿਸੂਸ ਕਰਾਉਣ ਲਈ ਵਫ਼ਦ ਵੱਲੋਂ ਕੀਤੀ ਗਈ ਪਹਿਲ ਤੋਂ ਉਹ ਕਾਫੀ ਪ੍ਰਭਾਵਿਤ ਹੋਏ ਨੇ ਉਹਨਾਂ ਸਿੱਖ ਪਾਈਚਾਰੇ ਲਈ ਲਗਾਤਾਰ ਕੰਮ ਕਰਨ ਵਾਸਤੇ ਸਰਕਾਰ ਦੀ ਵਚਨਬੱਧਤਾ ਦੁਹਰਾਈ ਮੀਟਿੰਗ ਦੌਰਾਨ ਵਫ਼ਦ ਨੇ ਸਿੱਖ ਪਾਈਚਾਰੇ ਦੇ ਸਨਮਾਨ ਅਤੇ ਭਲਾਈ ਲਈ ਕੀਤੀ ਗਈ ਅਹਿਮ ਪਹਿਲ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਕੇਂਦਰੀ ਸੈਸਪਾਟਾ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਸੈਸਪਾਟੇ ਨੂੰ ਪੱਟੜੀ ਤੇ ਲਿਆਉਣ ਵਿੱਚ ਸਾਰੀਆਂ ਸਰਕਾਰਾਂ ਦੀ ਅਹਿਮ ਭੂਮਿਕਾ ਹੈ। ਉਹ ਅੱਜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸੈਸਪਾਟਾ ਮੰਤਰੀਆਂ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੈਸਪਾਟੇ ਦੇ ਵਿਕਾਸ ਲਈ ਸੂਬਾ ਸਰਕਾਰਾਂ ਵਿੱਚ ਮੁਕਾਬਲਾ ਹੋਣਾ ਚਾਹੀਦਾ ਹੈ। ਜੀ ਕਿਸ਼ਨ ਰੈਡੀ ਨੇ ਕਿਹਾ ਕਿ ਕੋਵਿਡ ਦੌਰਾਨ ਭਾਰਤ ਨੇ ਕੋਵਿਡ ਰੋਕੂ ਟੀਕੇ ਤਿਆਰ ਕੀਤੇ ਜਿਸ ਨਾਲ ਇਸ ਮਹਾਮਾਰੀ ਨੂੰ ਫੈਲਣ ਵਿੱਚ ਰੋਕਣ ਤੋਂ ਮਦਦ ਮਿਲੀ ਅਤੇ ਇਸ ਨਾਲ ਹੁਣ ਸੈਸਪਾਟੇ ਨੂੰ ਉਤਸ਼ਾਹ ਮਿਲ ਰਿਹਾ ਹੈ। अपना अपना स्टेट्स में एक हेल्थी कॉम्पिटिशन इस टूरिज्म सेक्टर के विकास में होना चाहिए तमिलनाडु में यह किया है मेरा पास क्यों ना हो सकता है गोवा में यह किया है मेरा स्टेट में क्यों नहीं हो सकता है ये मिनिस्टर्स के बीच में ऑफिसर्स के बीच में एक हेल्थी कॉम्पिटिशन अगर नहीं हुआ विकास ਟੂਰਿਜ਼ਮ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਸੈਸ਼ਨ ਦੌਰਾਨ ਸਰਕਾਰ ਨਵੀਂ ਕੌਮੀ ਸੈਰਸਪਟਾ ਨੀਤੀ ਪੇਸ਼ ਕਰੇਗੀ ਜਿਸ ਨੂੰ ਸਾਰੇ ਹਿੱਸੇਦਾਰਾਂ ਨਾਲ ਵਿਆਪਕ ਵਿਚਾਰ ਵਟਾਂਦਰਾ ਤੇ ਤਬਾਦਲਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੀ ਵੀ ਦੀ ਪ੍ਰਧਾਨਗੀ ਭਾਰਤ ਨੂੰ ਮਿਲਨ ਦੇ ਸਬੰਧ ਵਿੱਚ ਵੀ ਇਹ ਮਹੱਤਵਪੂਰਨ ਹੈ ਕਿ ਸੈਰਸਪਟਾ ਨੀਤੀ ਤੇ ਵਿਆਪਕ ਚਰਚਾ ਕੀਤੀ ਜਾਵੇ ਜੀ ਕਿਸ਼ਨ ਰੈਡੀ ਨੇ ਦੱਸਿਆ ਕਿ ਇਸ ਨਵੀਂ ਨੀਤੀ ਤਹਿਤ ਅੰਬੇਡਕਰ ਸੈਲਾਨੀ ਸਰਕਟ ਨੂੰ ਵੀ ਛੇਤੀ ਹੀ ਲਾਂਚ ਕੀਤਾ ਜਾਵੇਗਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡ ਦੇ ਯੁਵਾ ਮੰਤਰੀ ਅਨੁਰਾਗ ਸਿੰਘ ਠਾਕੁਰ ਪਲਕੇ ਵੀ ਸਤੰਬਰ ਨੂੰ ਪੰਜਾਬ ਦੇ ਇੱਕ ਦਿਨਾ ਦੌਰੇ ਤੇ ਅਮ੍ਰਿਤਸਰ ਅਤੇ ਜਲੰਧਾ ਆ ਰਹੇ ਨੇ ਉਹ ਪਹਿਲਾ ਅੰਮ੍ਰਿਤਸਰ ਰਾਊਂਡ ਕੀ ਹੈ ਅੰਮ੍ਰਿਤਸਰ ਵਿਸ਼ਵ ਸੰਗਠਨ ਰਾਜ ਸਿੰਘ ਠਾਕੁਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 52ਵੇਂ ਲਾਣਾ ਖੇਡ ਨਾਵਨ ਸਮਾਗਮ ਦੌਰਾਨ ਕੋ ਮੰਤਰੀ ਖੇਲੋ ਇੰਡੀਆ ਤੇ 올 ਇੰਡੀਆ ਇੰਟਰ ਯੂਨੀਵਰਸਿਟੀ ਫਰਦਰ ਤੇ ਵਾਪਾ ਖੇਡਾਂ ਵਿੱਚ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨ ਵਾਲੀ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਸਮੁੱਚੀ ਤੌਰ ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਾਲਸਾ ਨੂੰ ਟਰੋਫੀ ਨਾਲ ਸਨਮਾਨਿਤ ਕਰਨਗੇ ਮਗਰਵੰਨ ਰਾਖ ਸਿੰਘ ਠਾਕੁਰ ਜਲੰਧਰ ਦੇ ਦੁਆਬਾ ਕਾਲਜ ਵਿੱਚ ਹੋਣ ਵਾਲੇ ਡਿਗਰੀ ਵਾਂਸ ਮਾਗਮ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ ਇਸ ਮਾਗਮ ਦੌਰਾਨ ਵਕਫਾ ਕਾ ਅਕਾਦਮਿਕ ਸੈਸ਼ਨਾਂ ਦੇ 552 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਕਾਨੂੰਨ ਮੰਤਰੀ ਗਰੇਨ ਰਿਜੀਜੂ ਨੇ ਅਮਰਿੰਦਰ ਸਿੰਘ ਅਤੇ ਉਨ੍ਹਾਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ। ਉਨ੍ਹਾਂ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਰਲੇਵਾ ਭਾਰਤੀ ਜਨਤਾ ਪਾਰਟੀ ਵਿੱਚ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਸਾਬਕਾ ਸੰਸਦ ਅਮਰਿਕ ਸਿੰਘ ਆਲੀਵਾਲ, ਸਾਬਕਾ ਡਿਪਟੀ ਸਪੀਕਰ ਜਗਪ ਸਿੰਘ ਪੱਟੇ ਸਾਬਕਾ ਸਾਂਸਦ ਕਿਵਲ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਅਰਿੰਦਰ ਸਿੰਘ ਤੇ ਪੁੱਤਰੀ ਜੈਂਦਰ ਕੌਰ ਵੀ ਭਾਤੀਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਪੰਜਾਬ ਭਾਤੀਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ ਭਾਤੀਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਉਣ ਦਾ ਐਲਾਨ ਕੀਤਾ ਹੈ। ਇੱਕ ਬਿਆਨ ਵਿੱਚ ਕਿਹਾ ਕਿ ਇਸ ਦੌਰਾਨ ਸਰਕਾਰ ਸਦਨ ਵਿੱਚ ਭਰੋਸੇ ਦਾ ਮਤਾ ਪੇਸ਼ ਕਰੇਗੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵਿਸ਼ੇਸ਼ اجلاس ਨੂੰ ਪੰਜਾਬ ਦੇ ਲੋਕਾਂ ਵੱਲੋਂ ਸਰਕਾਰ ਦੀਆਂ ناکامیਾਂ ਤੋਂ ਧਿਆਨ ਹਟਾਉਣ ਲਈ ਇੱਕ ਸਿਆਸੀ ਛਲਾਵਾ ਦੱਸਿਆ ਹੈ। ਚੰਡੀਗੜ੍ਹ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਕੌਮੀ ਜਰਨਲਿਸਟ ਕਰਤਾਰਨ ਚੋਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਆਪਣੇ 6 ਮਹੀਨੇ ਦੇ ਕਾਰਜਕਾਲ ਦੌਰਾਨ ਜਨਤਾ ਦੇ ਦਰਬਾਰ ਵਿੱਚ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ ਤੇ ਲੋਕਾਂ ਦਾ ਧਿਆਨ ਪਟਕਾਉਣ ਤੇ ਗੁੰਮਰਾਹ ਕਰਨ ਦੀਆਂ ਸਾਜ਼ਿਸ਼ਾਂ ਵਿੱਚ ਝੁੱਟੀ ਹੋਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਚੂੜਦਾ ਪ੍ਰਚਾਰ ਕਰਦਿਆਂ ਆਪਰੇਸ਼ਨ ਲੋਟਸ ਦੀ ਗੱਲ ਆਕੀ ਗਈ। ਉਨਾ ਕਿ ਹਾਂ ਕਿ ਵਿਧਾਨ ਸਭਾ ਦਾ ਵਿਸ਼ੇਸ਼ اجلاس ਉਸ ਵੇਲੇ ਬੁਲਾਇਆ ਗਿਆ ਜਦ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੀਆਂ ناکامیਾਂ ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਭਾਜਪਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਹੱਦ ਸਰਗਰਮ ਸਮਰਥਵਾਨ ਅਤੇ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕੰਮ ਕਰਦੇ ਨੇ ਅਤੇ ਉਹਨਾਂ ਨੇ ਦੇਸ਼ ਦਾ ਨਾਂ ਅੱਗੇ ਵਧਾਇਆ ਹੈ ਲੁਧਿਆਣਾ ਵਿੱਚ ਸਾਝਿਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਉਹਨਾਂ ਨੇ ਇਹ ਗੱਲ ਆਖੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਵਿੱਚ ਪੁਇਕ ਦੀਆਂ ਚੁਣੌਤੀਆਂ ਨੂੰ ਪਰਖਣ ਅਤੇ ਉਸ ਲਈ ਯੋਜਨਾ ਬਣਾ ਕੇ ਕੰਮ ਕਰਨ ਦੀ ਸਮਰਥਾ ਹੈ ਉਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੱਥਾਂ ਵਿੱਚ ਭਾਰਤ ਦਾ ਭਵਿੱਖ ਪੂਰੀ ਤਰ੍ਹਾਂ ਸੁਰੱਖਿਆ ਤੇ ਉਨਾ ਕਿਹਾ ਕਿ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਨਾਲ ਅਜ ਦੇਸ਼ ਅੱਗੇ ਵਧ ਰਿਹਾ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੀ ਮੈਲਾ ਵਿੰਗ ਦੀ ਸਾਬਕਾ ਪ੍ਰਧਾਨ ਅੰਜੂ ਠਾਕੁਰ ਅਮਲੋਨਗਰ ਪਰਸ਼ਦ ਦੇ ਪ੍ਰਧਾਨ ਡਾਕਟਰ ਹਰਪ੍ਰੀਤ ਸਿੰਘ ਕੌਂਸਲਰ ਰਾਜਾਰਾਮ ਅਤੇ ਸਾਬਕਾ ਸਰਪੰਚ ਮੀਵਾ ਸਿੰਘ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਜੀਵਨ ਗੁਪਤਾ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਸਾਰਿਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਮੋਹਾਲੀ ਜ਼ਿਲ੍ਹੇ ਵਿੱਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕੁਝ ਵਿਦਿਆਰਥਣਾਂ ਦੀਆਂ ਇਤਰਾਹੀਕ ਤਸਵੀਰਾਂ ਆਉਣ ਦੇ ਮਾਮਲੇ ਨੂੰ ਲੈ ਕੇ ਰੋਸ ਪ੍ਰਗਟਾਉਣ ਦੇ ਵਿਦਿਆਰਥੀਆਂ ਨੇ ਮਾਮਲੇ ਦੀ ਮੁਕੰਮਲ ਜਾਂਚ ਦਾ ਭਰੋਸਾ ਮਿਲਣ ਤੇ ਆਪਣਾ ਅੰਦੋਲਨ ਖਤਮ ਕਰ ਦਿੱਤਾ ਹੈ ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਸਾਰੀ ਘਟਨਾ ਦੀ ਤਹਿ ਤੱਕ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਨੇ ਘਟਨਾ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਤੋਂ ਇੱਕ ਕੁੜੀ ਨੂੰ ਫੜਿਆ ਗਿਆ ਹੈ। ਇਹਨਾਂ ਸਾਰਿਆਂ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਹਨਾਂ ਦਾ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਇਸ ਰਣफिल ਹਾਲੇ ਯੂਨੀਵਰਸਿਟੀ ਵਿਦਿਅਕ ਕਾਰਜ 24 ਸਤੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ ਯੂਨੀਵਰਸਿਟੀ ਨੇ ਸਾਰੀ ਘਟਨਾ ਨੂੰ ਲੈ ਕੇ ਹੋਸਟਲ ਦੀਆਂ ਦੋ ਵਾਰਡਾਂ ਨੂੰ ਮੌਤਲ ਕਰ ਦਿੱਤਾ ਹੈ ਹਦਰ ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦਾ ਗਠਨ ਕੀਤਾ ਹੈ ਡੀਜੀਪੀ ਗੌਰਵ ਯਾਦਵ ਨੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸੀਨੀਅਰ ਆਈਪੀਐਸ ਅਧਿਕਾਰੀ ਗੁਰਪ੍ਰੀਤ ਦਿਓ ਇਸ ਟੀਮ ਦੀ ਅਗਵਾਈ ਕਰਨਗੇ ਮਾਮਲੇ ਵਿੱਚ ਸਹਿਯੋਗ ਕਰਨ ਲਈ ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਅਮਨ ਤੇ ਪਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਗੌਰਵ ਯਾਦਵ ਨੇ ਕਿਹਾ ਕਿ ਕਿਸੇ ਵੀ ਅਫਵਾਹ ਤੇ ਧਿਆਨ ਨਾ ਦਿੱਤਾ ਜਾਵੇ ਅਤੇ ਸਾਰੇ ਸਮਾਜ ਵਿੱਚ ਸ਼ਾਂਤੀ ਲਈ ਕੰਮ ਕਰਨਾ ਇਨਵੈਸਟੀਗੇਸ਼ਨਸ ਆਰ ਗੋਇੰਗ ਔਨ ਐਟ ਫੁੱਲ ਪੇਸ Uh, police has made three arrests in the case, including that of a student and two others from Himachal Pradesh. Certain electronic devices have been seized. Uh, uh, I would like to thank DGP Himachal Pradesh and the Himachal Police for extending all cooperation to Punjab Police in making the arrests late yesterday. We have constituted a three member, all woman special investigation team, uh, which will uh, conduct the investigation under the supervision of uh, Gurpreet Deo, a senior IPS officer. And uh, uh, I want to uh, make two assurances to the students, the parents, and the community at large. Firstly, we would respect the privacy and dignity of all individuals concerned, and, and we will make endeavors to protect the uh, privacy of the concerned people. And secondly, we would get to the bottom of this matter. We would investigate deeply. Whoever is involved will not be spared. ਫਾਜ਼ਿਲਕਾ ਪੁਲਿਸ ਕੰਪਲੈਕਸ ਵਿੱਚ ਸਥਿਤ ਕਮਰਾ ਨੰਬਰ 302 ਲੋਕਾਂ ਨੂੰ ਕੋਟ ਕਚਹਿਰੀਆਂ ਦੇ ਚੱਕਰ ਤੋਂ ਬਚਾ ਰਿਹਾ ਹੈ ਆਰਥਿਕ ਮਾਮਿਆਂ ਸੰਬੰਧੀ ਝਗੜਿਆਂ ਦਾ ਨਿਪਟਾਰਾ ਇਸ ਕਮਰੇ ਵਿੱਚ ਆਪਸੀ ਸਹਿਮਤੀ ਨਾਲ ਕਰਵਾਇਆ ਜਾਂਦਾ ਹੈ ਇੱਕ ਰਿਪੋਰਟ ਮੇ ਵਿਚ 302 ਨੂੰ ਜੁਰਮ ਦੀ ਦੁਨੀਆ ਵਿੱਚ ਪਹਿਲੇ ਨੰਬਰ ਤੇ ਮੰਨਿਆ ਜਾਂਦਾ ਹੈ ਪਰ ਫਾਜ਼ਿਲਕਾ ਪੁਲਿਸ ਕੰਪਲੈਕਸ ਵਿੱਚ ਕਮਰਾ ਨੰਬਰ 302 ਲੋਕਾਂ ਲਈ ਰਾਹਤ ਦੇਣ ਦਾ ਕੰਮ ਕਰ ਰਿਹਾ ਹੈ ਜੀ ਹਾਂ ਆਰਥਿਕ ਜੁਰਮਾਂ ਨਾਲ ਸੰਬੰਧਿਤ ਵਿੰਗ ਦਾ ਦਫ਼ਤਰ ਕਮਰਾ ਨੰਬਰ 302 ਵਿੱਚ ਬਣਿਆ ਹੋਇਆ ਹੈ ਜਿਸ ਨਾਲ ਇੱਕ ਵਾਰ ਤਾਂ ਲੋਕ 302 ਦਾ ਨਾਂ ਸੁਣ ਕੇ ਚੱਕਰ ਵਿੱਚ ਪੈ ਜਾਂਦੇ ਨੇ ਪਰ ਹਕੀਕਤ ਜਾਣਨ ਮਗਰੋਂ ਸੁੱਖ ਦਾ ਸਾਹ ਲੈਂਦੇ ਨੇ ਇਸ ਵਿੰਗ ਦੇ ਇੰਚਾਰਜ ਰਮੇਸ਼ ਕੁਮਾਰ ਮੁਤਾਬਕ ਲੋਕਾਂ ਨੂੰ ਅਦਾਲਤਾਂ ਦੇ ਚੱਕਰ ਤੋਂ ਬਚਾਉਣ ਵਿੱਚ ਇਹ ਕਮਰਾ ਮਦਦਗਾਰ ਬਣ ਰਿਹਾ ਹੈ ਐਕਚੁਅਲੀ ਇਹ ਰੂਮ ਨੰਬਰ ਹੈ ਇਹ ਜੁਰਮ ਦੀ ਧਾਰਾ ਨਹੀਂ ਹੈ ਜਿਹੜੀ 300 ਤੋ ਆਈਪੀਸੀ ਆ ਉਹ ਕਤਲ ਮਾਮਲੇ ਚ ਲੱਗਦੀ ਆ ਲੋਕੀਓ ਕਰੋ ਉਸ ਦੇ ਨਾਲ ਤੁਹਾਨੂੰ ਮਜ਼ਾਕ ਵੀ ਕਰਦੇ ਕਈ ਵਾਰੀ ਆ ਕੇ ਪਰ ਅਸੀਂ ਉਹਨਾਂ ਨੂੰ ਸਮਝਾਉਣਾ ਹੈ ਵੀ ਇੱਥੇ ਤਾਂ ਸਾਡੇ ਬਾਅਦ ਤੋਂ ਬਾਅਦ ਰਾਜੀ ਨਾ ਨਹੀਂ ਅਸੀਂ ਕਰਾਉਨੇ ਆ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ ਸਾਡੇ ਕੋਲੇ ਜੀ ਜ਼ਿਆਦਾਤਰ ਪੈਸਿਆਂ ਦੇ ਲੈਣ ਦੇਣ ਪ੍ਰਾਪਰਟੀ ਦਾ ਮਸਲਾ ਜਾਂ ਕੋਈ ਮਾਲ ਮਹਿਕਮੇ ਦੇ ਰਿਕਾਰਡ ਦੇ ਮੁਤਾਬਕ ਲੋਕਾਂ ਨੂੰ ਕੋਈ ਸ਼ੱਕ ਹੁੰਦਾ ਹੈ ਉਸ ਬੰਦ ਦੇ ਵਿੱਚ ਸਾਡੇ ਖਾਸ ਇਹਨਾਂ ਸਾਡੇ ਕੋਲ ਇਹਨਾਂ ਦੇ ਕੰਪਲੇਂਟਾਂ ਆਉਂਦੇ ਨੇ ਲੋਕਾਂ ਦੀਆਂ ਸਾਡੀ ਪਹਿਲ ਤੇ ਇਹ ਜੀ ਸਾਡੇ ਸੀਨੀਅਰ ਅਫਸਰਾਂ ਸਾਡੇ ਐਸਐਸਪੀ ਸਾਹਿਬ ਜੀ ਦੇ ਹੁਕਮ ਮੁਤਾਬਕ ਵੀ ਵੱਧ ਤੋਂ ਵੱਧ ਲੋਕਾਂ ਦੇ ਕੰਪਰੋਮਾਈਜ਼ ਕਰਾਈਦੇ ਆ ਤਾਂ ਜੋ ਲੋਕ ਆ ਜਿਹੜੇ ਇਹ ਅਦਾਲਤਾਂ ਦੇ ਝੰਡਰ ਚੋਂ ਬਚੇ ਰਹਿਣ ਆਮ ਲੋਕ ਵੀ ਕਮਰਾ ਨੰਬਰ 302 ਦੀ ਤਾਰੀਫ ਕਰਦੇ ਨਜ਼ਰ ਆਉਂਦੇ ਨੇ ਪੁਲਿਸ ਨੂੰ ਪੂਰਾ ਸਪੋਰਟ ਕਰਦੀ ਇਹ ਕਿਸੇ ਕੇਸ ਤੇ ਨਹੀਂ ਪਹਿਲਾਂ ਹੀ ਬਹੁਤ ਕੇਸ ਹੋਏ ਹੋਏ ਤੇ ਵੱਧ ਵਾਰੀ ਮਾਇਆ ਤੇ ਪਹਿਲਾਂ ਵੀ ਬਹੁਤ ਸਾਡੇ ਕੇਸ ਹਨ ਜਿਹਨਾਂ ਨੇ ਹੱਲ ਕਰਵਾਏ ਹੁੰਦੇ ਆ। ਇਹ ਸਾਡੇ ਨਾਲ ਠੱਗੀ ਮਾਰ ਕੇ ਪੈਸੇ ਲੈ ਲਏ ਤੇ ਸਾਨੂੰ ਵਾਪਸ ਨਹੀਂ ਦੇ ਦੇ। ਅਸੀਂ ਜਨਾਬ ਅਗੇ ਰਿਕਵੈਸਟ ਕੀਤੀ ਵੀ ਸਾਡੇ ਪੈਸੇ ਉਹਨਾਂ ਕੋਲ ਦਵਾਈ ਜਾਂਦੇ। ਦੇਖੋ ਜੀ ਕੋਰ ਕਚੈਰੀਆਂ ਦਾ ਚੱਕਰ ਬਹੁਤ ਹੈ। ਦੋ-ਦੋ ਪਾਪਾ ਸਰ ਦਾ 10 ਸਾਲ ਲੱਗ ਜਾਂਦੇ ਨੇ। ਇੱਥੇ ਐ ਜੀ ਜੱਜ ਦੋ-ਚਾਰ ਮਹੀਨਿਆਂ ਦੇ ਵਿੱਚ ਵਿੱਚ ਨਿਬੜ ਜਾਂਦਾ ਜੀ ਲੋਕਾਂ ਦੇ ਕੇਸ ਨਿਬਟੇ ਵੀ ਆਣ। ਤੇ ਸਾਨੂੰ ਵੀ ਮਿਲਦਾ ਸਾਡੇ ਸਾਫ ਸਾਡਾ ਕੇਸ ਨਿਬਟਾਣਗੇ। ਯਕੀਨਨ ਆਪਣੇ ਨਾਮ ਤੋਂ ਉਲਟ 302 ਫਾਜ਼ਿਲਕਾ ਵਿਖੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਕੰਮ ਕਰ ਰਿਹਾ ਹੈ। فاضਿਲ ਕਾ ਤੋਂ ਸੁਨੀਲ 나ਗਪਾਲ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਅੰਮ੍ਰਿਤਸਰ ਜ਼ਿਲੇ ਵਿੱਚ ਪਾਕਿਸਤਾਨ ਕਮਾਂਤਰੀ ਸਰਹੱਦ 'ਤੇ ਬੀਤੀ ਰਾਤ ਡਰੋਨ ਦੀ ਸਰਗਰਮੀ ਦੇਖੀ ਗਈ ਬੀਐਸਐਫ ਦੇ ਇੱਕ ਬੁਲਾਰੀ ਨੇ ਦੱਸਿਆ ਕਿ ਇਹ ਸਰਗਰਮੀ ਸਰਹੱਦ ਨਾਲ ਲੱਗਦੇ ਪਿੰਡ ਤਨੋਈ ਕਲਾਂ ਦੇ ਇਲਾਕੇ ਵਿੱਚ ਤੜਕੀ 3 ਵਜੇ ਦੇ ਕਰੀਬ ਹੋਈ ਬੀਐਸਐਫ ਦੇ ਜਵਾਨਾਂ ਨੇ ਇਸ ਡਰੋਨ ਨੂੰ ਦੇਖਦਿਆਂ ਹੀ ਉਸ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖੀ ਜਵਾਨਾ ਨੇ ਦੇਖਿਆ ਕਿ ਡਰੋਨ ਤੋਂ ਕੁਝ ਸਮਾਨ ਖੇਤਾਂ ਵਿੱਚ ਸੁੱਟਿਆ ਗਿਆ ਜਿਸ ਤੇ ਜਵਾਨਾ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਿਸ ਰਾਨ ਜਵਾਨਾ ਨੂੰ ਕਾਲੇ ਰੰਗ ਦਾ ਇੱਕ ਪੈਕੇਟ ਮਿਲਿਆ ਜਿਸ ਵਿੱਚ ਤਕਰੀਬਨ 2 ਕਿਲੋ 570 ਗ੍ਰਾਮ ਹੈਰੋਇਨ ਰੱਖੀ ਹੋਈ ਸੀ ਇਸ ਤੋਂ ਇਲਾਵਾ ਜਵਾਨਾ ਨੇ ਇੱਕ ਪਿਸਤੌਲ ਇੱਕ ਮੈਗਜ਼ੀਨ ਅਤੇ 8 ਰੌਂਦ ਵੀ ਬਰਾਮਦ ਕੀਤੇ ਨੇ ਇਜ਼ਰਾਨ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਤੇ ਕਸਟਮ ਬੈਕਮਿਨ ਨੇ ਚੈਕਿੰਗ ਦੌਰਾਨ 5 ਕਰੋੜ 95 ਲੱਖ ਰੁਪਏ ਦੀ ਭਾਰਤੀ ਕਰੰਸੀ ਦੇ ਅਮਰੀਕੀ ਡਾਲਰ 5 ਲੱਖ 43 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਦੇ ਸਾਊਦੀ ਰਿਆਲ ਅਤੇ 6.4 ਲੱਖ ਰੁਪਏ ਦੀ ਭਾਰਤੀ ਕਰੰਸੀ ਦੇ ਓਮਾਨ ਰਿਆਲ ਤੇ ਕੁਵੈਤੀ ਦਿਨਾਰ ਫੜੇ ਨੇ ਕਸਟਮ ਬੈਕਮਿਨ ਦੇ ਇੱਕ ਬੁਲਾਰੀ ਨੇ ਦੱਸਿਆ ਕਿ ਇੱਕ ਬੈਗ ਵਿੱਚ ਕੁਝ ਸ਼ੱਕੀ ਸਮਾਨ ਹੋਣ ਤੇ ਜਦੋਂ ਤਲਾਸ਼ੀ ਲਈ ਗਈ ਤਾਂ ਇਹ ਸਾਰੀ ਰਕਮ ਬਰਾਮਦ ਹੋਈ ਇਸ ਸਾਰੀ ਰਕਮ 80 ਪੈਕੇਟਾਂ ਵਿੱਚ ਰੱਖੀ ਗਈ ਸੀ ਅਤੇ ਇਸ ਨੂੰ ਦੁਬਈ ਲਈ ਸਵੇਰੇ 6:30 ਵਜੇ ਜਾਣ ਵਾਲੀ ਫਲਾਈਟ ਵਿੱਚ ਲਿਜਾਇਆ ਜਾਣਾ ਸੀ ਕਸਟਮ ਨੇ ਇਸ ਮਾਮਲੇ ਵਿੱਚ ਚੰਮੇਰ ਸਰ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ 올 인디아 카ంగ레스 ओबीसी सेल ਦੇ ਚੇਅਰਮੈਨ ਕੈਪਟਨ ਅਜੀਤ ਯਾਦਵ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੂੰ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਉਹ ਪਿਛਲੇ 45 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਨੇ ਅਤੇ ਆਉਂਦੀਆਂ ਚੋਣਾਂ ਨੂੰ ਲੈ ਕੇ ਹਿਮਾਚਲ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਖਬਰਾਂ ਦੇ ਬੁਲੇਟਿਨ ਸਾਰੀ ਦਰਸ਼ਕ ਹਨ ਯੂ ਡੀ ਡੀ ਕੇ ਜਲੰਧ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਨਾਲ ਹੀ ਖਬਰਾਂ ਦਾ ਬਿਲੀਟਨ ਖਤਮ ਹੋਇਆ ਇਸ ਸ਼ਾਨਦਤਿਓ ਨਮਸਕਾਰ